ਉਦੋਂ ਨਹੀਂ ট্রেਡ ਲੈਣੀ ਜਦੋਂ ਦੁਬਾਰੇ ਘੁੰਮਦਾ ਹੈ سپورਟ ਲੈ ਕੇ ਫਿਰ ਤੁਸੀਂ ਐਂਟਰ ਕਰੋ ਲੌਂਗ ਸਾਈਡ ਇਦਾਂ ਹੀ ਸ਼ਾਰਟ ਸਾਈਡ ਵੀ ਹਨ ਫੰਡਾਮੈਂਟਲੀ ਦੇਖੋ ਰੈਵਨਿਊ ਨਾਲ ਦਾ ਲਗਾਤਾਰ ਇਨਕਰੀਜ਼ ਹੁੰਦਾ ਜਾ ਰਿਹਾ ਸੋ ਡਿਵੀਡੈਂਟ ਵੀ 6 6.5% ਤੋਂ 7% ਡਿਵੀਡੈਂਟ ਦੇ ਰਿਹਾ ਇਸ ਟਾਈਮ ਸੋ ਫੰਡਾਮੈਂਟਲੀ ਮੈਨੂੰ ਕੋਈ ਸਟਾਕ ਦੇ ਵਿੱਚ ਪ੍ਰੋਬਲਮ ਨਹੀਂ ਲੱਗਦੀ ਸੋ ਜੇ ਲੌਂਗ ਟਰਮ ਦਾ ਥਿਊ ਹੈਗਾ ਜੀ ਲੈਟਸ ਸੇ ਮਿਡ ਟਰਮ ਵੀ 2-3 ਸਾਲ ਦਾ ਥਿਊ ਵੀ ਹੈਗਾ ਕਿ ਮਿਲਦਾ ਵਧੀਆ ਰਿਟਰਨ ਵੀ ਦੇ ਸਕਦਾ ਤੇ ਪਲੱਸ ਤੁਹਾਨੂੰ ਡਿਵੀਡੈਂਡ ਵੀ ਦੇ ਸਕਦਾ ਬਟ ਪੇਸ਼ੈਂਸ ਚਾਹੀਦਾ ਇਸ ਸਟਾਕ ਦੇ ਵਿੱਚ ਜੋ ਮਾਈਨਿੰਗ ਸਟਾਕ ਸੀਗੇ ਉਹ ਵਧੀਆ ਪਰਫਾਰਮ ਨਹੀਂ ਕੀਤੇ ਹਾਂਜੀ ਬਿਟਕੋਇਨ ਨੀਚੇ ਜਾਂਦਾ ਤਾਂ ਡੈਫੀਨੇਟਲੀ ਇਹਨਾਂ ਦੇ ਵਿੱਚ ਆਪਾਂ ਨੂੰ ਗ੍ਰਾਫਟ ਦੇ ਇਹ ਹੋਰ ਵੀ ਨੀਚੇ ਜਾ ਸਕਦੇ ਆ ਡੈਫੀਨੇਟਲੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਕਲੀ ਆਪਣਾ ਕਿਊ ਐਨ ਐ ਦਾ ਸੈਸ਼ਨ ਲੈ ਕੇ ਹਾਜ਼ਰ ਹਾਂ ਜੀ ਤੇ ਮੇਰੇ ਨਾਲ ਕਿੰਨੇ ਆ ਕੀ ਹਾਲ ਚਾਲ ਵੀਰੇ ਵਧੀਆ ਭਾਜੀ ਤੁਸੀਂ ਦੱਸੋ ਬਸ ਠੀਕ ਹੈ ਜੀ ਕਿੰਨੇ ਆਪਣਾ ਟੈਕਨੀਕਲ ਐਨਾਲਿਸਟ ਹੈਗੇ ਨੇ ਤੇ ਆਪਾਂ ਚੈੱਕ ਲੈਣੇ ਆ ਜਿਹੜੇ ਕੁਐਸਚਨਸ ਆਏ ਨੇ ਲਾਸਟ ਵੀਕ ਦੇ ਵੀ ਲਾਸਟ ਵੀਡੀਓ ਤੇ ਆਇਆ ਜੀ ਮਨੀ ਦੇਸੀ ਵਾਈ ਹੁਣਾਂ ਤੋਂ ਉਹਨਾਂ ਦਾ ਕਹਿੰਦੇ ਸਾਡਾ ਕੁਐਸਚਨ ਇਹ ਹੈ ਕਿ ਮੈਂ ਆਪਸ਼ਨ ਦੇ ਵਿੱਚ ਅਰਨ ਕਰ ਸਕਦਾ ਜਸਟ ਵਾਚਿੰਗ ਦਾ ਚਾਰਟ ਐਂਡ ਫਾਲੋਇੰਗ ਓਨਲੀ سپورਟ ਐਂਡ ਰੈジਸਟੈਂਸ ਅ ਵੀ ਕਹਿੰਦੇ ਮੈਂ ਹੋਰ ਐਡੀਸ਼ਨਲ ਜੇ ਟੂਲ ਨਾ ਯੂਜ਼ ਕਰਾਂ ਜਾਂ ਕੋਈ ਇੰਡੀਕੇਟਰ ਨੂੰ ਯੂਜ਼ ਕਰਾਂ ਪੋਸੀਬਲ ਹੈਗਾ ਅਰਨ ਕਰਨਾ ਜੀ ਭਾਜੀ ਬਿਲਕੁਲ ਆਪਾਂ سپورਟ ਤੇ ਰੈジਸਟੈਂਸ ਦੇ ਨਾਲ ਪ੍ਰੋਫਿਟ ਬੁੱਕ ਕਰ ਸਕਦੇ ਹਾਂ ਜੋ ਮੇਜਰ ਲੈਵਲ ਹੁੰਦੇ ਨੇ سپورਟ ਤੇ ਰੈジਸਟੈਂਸ ਦੇ ਆਪਾਂ ਮਾਰਕ ਕਰਕੇ ਤੇ ਉੱਥੇ ਜਦੋਂ ਇੱਕ ਵਾਰੀ ਪ੍ਰਾਈਸ ਆਉਂਦਾ ਤਾਂ ਉੱਥੇ ਥੋੜਾ ਜਿਹਾ ਉਹਨੂੰ ਕਨਸੋਲिडेट ਹੋਣ ਦੋ ਜਦੋਂ ਕਨਸੋਲिडेट ਹੋ ਕੇ ਫਿਰ ਪੁਲਬੈਕ ਲੈਂਦਾ ਉਦੋਂ ਆਪਾਂ ਭਾਜੀ ਬੈਸਟ ਟਾਈਮ ਹੁੰਦਾ ਉਹ ਐਂਟਰੀ ਕਰਨ ਦਾ ਤੇ ਜੋ ਇੰਡੀਕੇਟਰਸ ਹੁੰਦੇ ਨੇ ਉਹ ਥੋੜਾ ਜਿਹਾ ਅਸਿਸਟ ਕਰ ਦਿੰਦੇ ਨੇ ਵੀ ਤੁਹਾਨੂੰ ਡਿਸੀਜਨ 메ਕਿੰਗ ਤੁਹਾਨੂੰ ਪਰਫੈਕਟ ਕਰ ਦਿੰਦੇ ਨੇ ਥੋੜਾ ਜਿਹਾ ਵੱਧ ਆਪਾਂ ਕਹਿ ਸਕਦੇ ਹਾਂ ਵੀ ਕਿਕ ਸੈਕੰਡ ਲੈਵਲ ਦੀ অথেন্টিਕੇਸ਼ਨ ਜੀ ਦੇਣਦੇ ਨਹੀਂ ਰਾਈਟ ਬਟ ਜ਼ਰੂਰੀ ਨਹੀਂ ਹੈ ਮਤਲਬ ਇੰਡੀਕੇਟਰ ਰਿਡਿਊਸ ਕਰਨਾ ਸਪੋਰਟ ਉਨ ਜਿਸ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਜੀ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਸਪੋਰਟ ਤੇ ਪ੍ਰਾਈਸ ਆਉਂਦਾ ਐ ਐਂਟਰ ਹੁੰਦਾ ਓਦੋਂ ਨਹੀਂ ਟਰੇਡ ਲੈਣੀ ਜਦੋਂ ਦੁਬਾਰੇ ਘੁੰਮਦਾ ਸਪੋਰਟ ਲੈ ਕੇ ਫਿਰ ਤੁਸੀਂ ਐਂਟਰ ਕਰੋ ਲੌਂਗ ਸਾਈਡ ਇਦਾਂ ਹੀ ਸ਼ਾਰਟ ਸਾਈਡ ਵੀ ਹਨਾ ਜੀ ਬਿਲਕੁਲ ਭਾਜੀ ਪੇਸ਼ੈਂਸ ਹੀ ਵਧੀਆ ਐਂਟਰੀ ਤੇ ਵਧੀਆ ਐਗਜ਼ਿਟ ਲਈ ਆਪਾਂ ਨੂੰ ਹੈਲਪ ਕਰਦੀ ਆ ਯਾ ਸੋ ਸ਼ਾਰਟ ਸਾਈਡ ਵੀ ਇਦਾਂ ਹੀ ਜਦੋਂ ਤੁਸੀਂ ਰਜਿਸਟੈਂਸ ਤੇ ਪਹੁੰਚ ਜਾਂਦਾ ਪ੍ਰਾਈਸ ਓਦੋਂ ਇੱਕਦਮ ਸ਼ਾਰਟ ਨਾ ਕਰੋ ਰਜਿਸਟੈਂਸ ਤੇ ਇਕਦਮ ਜਦੋਂ ਰਿਜੈਕਟ ਹੋ ਕੇ ਪ੍ਰਾਈਸ ਦੁਬਾਰੇ ਨੀਚੇ ਨੂੰ ਆਉਣ ਲੱਗਦਾ ਉਹਦਾ ਫਿਰ ਤੁਸੀਂ ਐ ਉਹਦੇ ਚ ਆਪਣਾ ਤੁਸੀਂ ਪੋਜੀਸ਼ਨ ਵੜਾਓ ਤੇ ਫਿਰ ਤੁਹਾਡਾ ਉਹਦਾ ਵਰਕਆਊਟ ਹੋਣ ਦਾ ਵਧੀਆ ਹੁੰਦਾ ਤੇ ਸਟੌਪ ਲੌਸ ਜਿਹੜਾ ਤੁਸੀਂ ਉਸ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ ਤੇ ਨੈਕਸਟ ਕੁਐਸਚਨ ਭਾਜੀ ਇੱਥੇ ਆਪਾਂ ਨੂੰ ਗੁਰਪ੍ਰੀਤ ਜੀ ਪੁੱਛ ਰਹੇ ਨੇ ਕਿ ਵਾਟ ਇਜ਼ ਡਿਫਰੈਂਸ ਬਿਟਵੀਨ ਆਪਸ਼ਨ ਟਰੇਡਿੰਗ ਐਂਡ ਫਿਊਚਰ ਟਰੇਡਿੰਗ ਆ ਆਪਸ਼ਨ ਟਰੇਡਿੰਗ ਐਂਡ ਫਿਊਚਰ ਟਰੇਡਿੰਗ ਜਿਹੜੀ ਹੁੰਦੀ ਹੈ ਦੋਨੋਂ ਹੀ ਡੈਰੀਵੇਟਿਵ ਪ੍ਰੋਡਕਟਸ ਨੇ ਮਤਲਬ ਕੌਂਟਰੈਕਟਸ ਵਿੱਚ ਕਰਦੇ ਆਂ ਆਪਾਂ ਡਾਇਰੈ ਫਿਊਚਰਸ ਹੈਗੇ ਨੇ ਖਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ ਬੇਸਿਕਲੀ ਤੁਹਾਨੂੰ ਇੰਡੈਕਸ ਤੇ ਹੀ ਮਿਲਦੇ ਨੇ ਜਾਂ ਜਿਵੇਂ 골ਡ ਹੋ ਗਿਆ ਕਮੋਡਿਟੀ ਵਗਰਾ ਤੇ ਮਿਲ ਜਾਂਦੇ ਨੇ ਜਾਂ ਮੇਨ ਇੰਡਾਈਸਸ ਤੇ ਮਿਲਦੇ ਨੇ ਜਿਹੜੀਆਂ ਆਪਸ਼ਨ ਆ ਇੱਥੇ ਸਾਰੇ ਤਕਰੀਬਨ ਛੋਟੇ ਛੋਟੇ ਸਟਾਕ ਤੇ ਵੀ ਮਿਲ ਜਾਂਦੀਆਂ ਪਰ ਜਿਹੜੇ ਕੁਝ ਕੰਟਰੀ ਦੇ ਵਿੱਚ ਜਿਵੇਂ ਇੰਡੀਆ ਉੱਥੇ ਫਿਊਚਰ ਤੁਹਾਨੂੰ ਸਟਾਕਸ ਤੇ ਵੀ ਮਿਲ ਜਾਂਦੇ ਆ ਜੀ ਪਹਿਲਾਂ ਤਾਂ ਡਿਫਰੈਂਸ ਇਹ ਹੈਗਾ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਹੋ ਜੀ ਦੂਸਰਾ ਜਿਹੜਾ ਆਪਸ਼ਨ ਦੇ ਵਿੱਚ ਕੀ ਆ অপশন ਦੇ ਵਿੱਚ ਕਾਫੀ ਤੁਹਾਨੂੰ ਪ੍ਰੀਮੀਅਮ ਦੇਣਾ ਪੈਂਦਾ ਹੈ ਜੀ ਜਿਹਨੂੰ ਆਪਾਂ ਕਾਲ ਜਾਂ ਪੁੱਟ ਦੋ ਸਾਈਡ ਹੁੰਦੀ ਹੈ ਰਾਈਟ ਜੀ ਕਿ ਆਪਾਂ ਮੰਦੀ ਦੀ ਲੈਸਿਡ ਡਾਇਰੈਕਸ਼ਨ ਦੇ ਵਿੱਚ ਤਾਂ ਪੁੱਟ ਬਾਈ ਕਰਦੇ ਹਾਂ ਤਕਰੀਬਨ ਜੇ ਕਾਲ ਦੇ ਵਿੱਚ ਆਪਾਂ ਕਹਿੰਦੇ ਵੀ ਤੀਜੀ ਜ਼ਿਆਦਾ ਹੋਊਗੀ ਤਾਂ ਫਿਰ ਕਾਲ ਬਾਈ ਕਰਦੇ ਹਾਂ ਰਾਈਟ ਸੋ ਉਹਦਾ ਇੱਕ ਪ੍ਰੀਮੀਅਮ ਤੁਹਾਨੂੰ ਦੇਣਾ ਪੈਂਦਾ ਫਿਊਚਰ ਦੇ ਵਿੱਚ ਕੋਈ ਪ੍ਰੀਮੀਅਮ ਜ਼ਿਆਦਾ ਨਹੀਂ ਹੁੰਦਾ ਮਤਲਬ ਥੋੜਾ ਜਿਹਾ ਜੋ ਸਪੌਟ ਦੇ ਪ੍ਰਾਈਸ ਨਾਲੋਂ ਥੋੜਾ ਜਿਹਾ ਉਹ ਜਿਹੜਾ ਬਾਈ ਸਾਈਡ ਉਹ ਥੋੜਾ ਜਿਹਾ ਹੁੰਦਾ ਆ ਦੁਜੀ ਕਲ অপਸ਼ਨ ਦੇ ਵਿੱਚ ਬਹੁਤ ਸਾਰੀਆਂ ਸਟ੍ਰਾਈਕਸ ਹੁੰਦੀਆਂ ਜੀ ਜੇ ਇੱਕ 100 ਦਾ ਸਟਾਕ ਆ ਤੁਸੀਂ অপਸ਼ਨ ਦੇ ਵਿੱਚ ਲੈਸੀ ਕਾਲ ਤੁਸੀਂ 105 ਦੀ ਲੈ ਸਕਦੇ ਹੋ 110 ਦੀ ਲੈ ਸਕਦੇ ਹੋ 120 ਦੀ ਲੈ ਸਕਦੇ ਹੋ ਰਾਈਟ ਕਾਫੀ ਸਾਰੀਆਂ ਸਟ੍ਰਾਈਕਸ ਹੁੰਦੀਆਂ ਡਿਫਰੈਂਟ ਲੈਵਲਸ ਹੁੰਦੇ ਆ ਮਤਲਬ ਜੀ ਤੇ ਐਦਾਂ ਹੀ ਪੁੱਟ ਸਾਈਡ ਵੀ ਤੁਸੀਂ ਥੱਲੇ ਵਾਲੀ ਵੀ ਅਗਰ ਤੁਸੀਂ ਮੰਦੀ ਦੇਖ ਰਹੇ ਹੋ ਤੁਸੀਂ 80 ਦੀ ਜਾ ਕੇ ਪੁੱਟ ਵਿਕਰੀਤ ਸਕਦੇ ਹੋ ਜੀ ਤੋਂ ਉਹਦੇ ਚ ਆਪਸ਼ਨ ਹੈਜ਼ ਲੋਟ ਆਫ ਆਪਸ਼ਨ ਜਿਹਦਾ ਹੁੰਦਾ ਹੈ ਰਾਈਟ ਬਟ ਫਿਊਚਰ ਦੇ ਵਿੱਚ ਫਿਊਚਰ ਬਸ ਸਪੋਰਟ ਦੇ ਹਿਸਾਬ ਨਾਲ ਹੀ ਅਪ ਥੱਲੇ ਹੁੰਦਾ ਜਿੰਨਾ ਸਪੋਰਟ ਲੈ ਸੇ ਇੱਕ ਪੁਆਇੰਟ ਉੱਪਰ ਗਿਆ ਤਾਂ ਫਿਊਚਰ ਵੀ ਤਕਰੀਬਨ ਇੱਕ ਪੁਆਇੰਟ ਉੱਪਰ ਜਾਂਦਾ ਹੈ ਰਾਈਟ ਸੋ ਬਟ ਇਹ ਆ ਵੀ ਫਿਊਚਰ ਜਿਹੜਾ ਹੈ 23 ਆਵਰਸ ਟ੍ਰੇਡ ਹੁੰਦੇ ਨੇ ਖਾਸ ਕਰ ਇੰਡੈਕਸ ਦੇ ਫਿਊਚਰ ਇਨ ਨਾਰਥ ਅਮਰੀਕਾ ਦੇ ਵਿੱਚ ਤੇ ਜਿਹੜੀ ਆਪਸ਼ਨ ਹੈਗੀਆਂ ਉਹ ਮਾਰਕੀਟ ਆਵਰ ਦੇ ਵਿੱਚ ਹੀ ਮੋਸਟਲੀ ਜੀ ਖਾਸ ਕਰ ਸਟਾਕਸ ਦੀ ਆਪਸ਼ਨ ਮਾਰਕੀਟ ਆਵਰ ਦੇ ਵਿੱਚ ਹੀ ਟ੍ਰੇਡ ਹੁੰਦੀਆਂ ਸੋ ਬਾਕੀ ਜੇ ਹੋਰ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਸਾਡੇ ਕੋਰਸ ਜੁਆਇਨ ਕਰ ਸਕਦੇ ਹੋ ਦੇਸੀ ਆਪਣੇ learn.desiconvest.com ਤੇ ਥਰਡ ਕੁਐਸਚਨ ਤੁਹਾਡੇ ਵਾਸਤੇ ਗਿੰਨੀ ਹਰ ਸਿਮਰਨ ਜੀ ਨੇ ਪੁੱਛਿਆ ਕਹਿੰਦੇ ਜੀ ਟੈਲਸ ਲੁੱਕ ਲਾਈਕ ਅ ਵੈਲਿਊ ਟ੍ਰੈਪ ਬਈ ਕਾਫੀ ਲੋਕ ਨਾ ਕਾਫੀ ਟਾਈਮ ਤੋਂ ਫਸੇ ਹੋਏ ਨੇ ਸਟਾਕ ਦੇ ਵਿੱਚ ਤੁਹਾਨੂੰ ਲੱਗਦਾ ਚਾਰਟ ਦੇਖ ਕੇ ਵੀ ਇਹ ਵੈਲਿਊ ਟ੍ਰੈਪ ਹੀ ਹੈ ਜਾਂ ਉੱਠੇਗਾ ਜੀ ਜਿਹਦਾ ਬਾਜੀ ਚਾਰਟ ਦੇਖਿਆ ਜਾਵੇ ਟੈਕਨੀਕਲੀ ਇਹ ਰਾਈਟ ਨਾਊ ਟ੍ਰੇਡ ਕਰ ਰਿਹਾ 22 ਡਾਲਰ ਦੇ ਉੱਪਰ ਤੇ ਇੱਥੇ ਦੀ ਬਾਜੀ ਕਾਫੀ ਮੇਜਰ سپورਟ ਦੇਖੀ ਜਾ ਸਕਦੀ ਹੈ ਜੇ ਇਹ سپورਟ ਬ੍ਰੇਕ ਕਰਦਾ ਤਾਂ ਤਾਂ ਇਹਨੂੰ ਆਪਾਂ ਭਾਜੀ ਡਾਊਨਸਾਈਡ ਦੇਖ ਸਕਦੇ ਹਾਂ ਪਰ ਜੇ ਇਹ 22 ਡਾਲਰ ਦੀ ਜੋ سپورਟ ਹੈ ਬ੍ਰੇਕ ਨਹੀਂ ਕਰਦਾ ਤਾਂ ਇਹ ਭਾਜੀ ਲੌਂਗ ਟਰਮ ਲਈ ਆਪਾਂ ਵਧੀਆ ਇਹਨੂੰ ਇਨ ਫਿਊਚਰ ਲਈ ਰੱਖ ਸਕਦੇ ਹਾਂ ਤੇ ਇਹਦੇ ਆਪਾਂ ਭਾਜੀ ਇਸ ਤੋਂ ਬਾਅਦ ਫੰਡਾਮੈਂਟਲਸ ਚੈੱਕ ਕਰਦੇ ਹਾਂ ਫੰਡਾਮੈਂਟਲਸ ਵਧੀਆ ਸਟਾਕ ਆ ਮੈਨੂੰ ਹੱਲੇ ਵੀ ਠੀਕ ਲੱਗਦਾ ਵੈਲਿਊ ਇਹਦੇ ਵਿੱਚ ਕਾਫੀ ਲੱਗਦੀ ਹੈ ਫੰਡਾਮੈਂਟਲੀ ਦੇਖੋ ਰੈਵਨਿਊ ਨਾਲ ਦਾ ਲਗਾਤਾਰ ਇਨਕਰੀਜ਼ ਹੁੰਦਾ ਜਾ ਰਿਹਾ ਸੋ ਡਿਵੀਡੈਂਡ ਵੀ 6 6.5% ਰੀਨਲਮੈਂਟਸ ਪਾਉਣੇ 7% ਡਿਵੀਡੈਂਡ ਦੇ ਰਿਹਾ ਇਸ ਟਾਈਮ ਸੋ ਫੰਡਾਮੈਂਟਲੀ ਮੈਨੂੰ ਕੋਈ ਸਟਾਕ ਜੇ ਲੌਂਗ ਟਰਮ ਦਾ ਥਿਊ ਹੈਗਾ ਜੀ ਲੈਟਸ ਸੇ ਮਿਡ ਟਰਮ ਵੀ ਤੋ 3 ਸਾਲ ਦਾ ਥਿਊ ਵੀ ਹੈਗਾ ਕਿ ਮੈਨੂੰ ਲੱਗਦਾ ਵਧੀਆ ਰਿਟਰਨ ਵੀ ਦੇ ਸਕਦਾ ਤੇ ਪਲੱਸ ਤੁਹਾਨੂੰ ਡਿਵੀਡੈਂਡ ਵੀ ਦੇ ਸਕਦਾ ਬਟ ਪੇਸ਼ੈਂਸ ਚਾਹੀਦਾ ਇਸ ਸਟਾਕ ਦੇ ਵਿੱਚ ਜੀ ਬਿਲਕੁਲ ਇਸ ਤੋਂ ਬਾਅਦ ਭਾਜੀ ਆਪਾਂ ਫੋਰਥ ਕੁਐਸਚਨ ਦੇਖਦੇ ਆ ਬੋਇੰਗ ਇਜ਼ ਡਾਊਨ ਇਜ਼ ਇਟ ਰਾਈਟ ਟਾਈਮ ਟੂ ਬਾਏ ਨਾਊ ਇਹ ਆਪਾਂ ਨੂੰ ਪੁੱਛਿਆ ਗਿਆ ਜਸ ਜੀ Boeing ਜਿਹੜਾ ਹੈਗਾ ਆ ਦਿਖਾ ਜਾਵੇ ਤਾਂ ਕੋਈ ਪਿਛਲੇ ਕੁਝ ਟਾਈਮ ਦੇ ਵਿੱਚ ਉਹ ਰੈਵਨਿਊ ਵਗੈਰਾ ਇਹਦੇ ਵਧੀਆ ਇਨਕਰੀਸ ਹੋਏ ਨੇ ਤੇ ਇਹਦਾ ਜਿਹੜਾ ਕੈਸ਼ ਫਲੋ ਵੀ ਇੰਪਰੂਵ ਹੋਇਆ ਫੰਡਾਮੈਂਟਲੀ ਇਟ ੀਟਿੰਗ ਬੈਟਰ ਬਟ ਜਿਹੜੀ ਕਰੰਟ ਕੁਝ ਨਿਊਜ਼ ਆਈਆਂ ਹੈਗੀਆਂ ਏਅਰਕraft ਨੂੰ ਲੈ ਕੇ ਡਿਫਰੈਂਟ ਡਿਫਰੈਂਟ ਇਨਸੀਡੈਂਟਸ ਹੋਇਆ ਉਹਦੇ ਕਰਕੇ ਮੈਨੂੰ ਲੱਗਦਾ ਬੋਇੰਗ ਦੇ ਵਿੱਚ ਪ੍ਰੈਸ਼ਰ ਆਇਆ ਹੈਗਾ ਤੇ ਆਪਾਂ ਮਜ਼ਾਕ ਕਰਦੇ ਹੁੰਦੇ ਨੇ ਲਾਈਵ ਸੈਸ਼ਨ ਦੇ ਵਿੱਚ ਲੈਂਡ ਹੋ ਰਿਹਾ ਇਹ ਤੇ ਇੱਥੇ ਟਾਈਮ ਹੈ ਤੇ ਆਪਾਂ ਕਈ ਵਾਰ ਕਿਹਾ ਵੀ ਆ 180 ਦਾ ਲੈਵਲ ਮੈਨੂੰ ਲੱਗਦਾ ਸਹੀ ਮਿਲਦਾ ਹੈ ਨਾ ਇਹ ਚ ਜੀ ਸੋ 180 ਦੇ ਲੈਵਲ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਐਕਚੁਅਲੀ ਐਂਟਰੀ ਬਣਦੀ ਹੈਗੀ ਪਹਿਲੀ ਐਂਟਰੀ ਜੀ ਅਗਰ ਤੁਸੀਂ ਸ਼ਾਰਟ ਆਰਮ ਦੇ ਹਿਸਾਬ ਨਾਲ ਆ ਤੇ ਤਕਰੀਬਨ ਅ ਤੁਸੀਂ 5 ਡਾਲਰ ਦਾ ਸਟਾਪ ਲੌਸ ਲਗਾ ਕੇ 575 ਦੇ ਉੱਪਰ ਤੁਸੀਂ ਇੱਕ ਵਰੀ ਐਂਟਰੀ ਤੇ ਮਾਰ ਸਕਦੇ ਹੋ ਸੋ ਅਗਰ ਤੁਸੀਂ ਲੌਂਗ ਟਰਮ ਲਈ ਇਨਵੈਸਟ ਕਰ ਰਹੇ ਹੋ ਤਾਂ ਫਿਰ ਤੁਸੀਂ ਸਟੈਗਰਡ ਮੈਨਰ ਚ ਕਰੋ ਅਧਿਕ ਤੁਸੀਂ ਇੱਥੇ ਕਰ ਲਓ ਤੇ ਅਧੇ ਕਗਰੇ ਨਹੀਂ نیچے ਆਉਂਦਾ 140 ਦੀ ਰੇਂਜ ਚ ਆਉਂਦਾ ਹੈ 130 ਤੋਂ 140 ਦੀ ਰੇਂਜ ਫਿਰ ਉੱਥੇ ਤੁਸੀਂ ਡੀਸੀਏ ਕਰ ਲਿਓ ਸੋ ਅਗਰ ਲੌਂਗ ਟਰਮ ਵਾਸਤੇ ਇਨਵੈਸਟ ਕਰੋ ਤਾਂ ਠੀਕ ਠਾਕ ਸਟਾਕ ਹੈ ਮੇਰੇ ਸਾਵਨ। ਇਸ ਤੋਂ ਬਾਅਦ ਭਾਜੀ ਆਪਣਾ ਨੈਕਸਟ ਕੁਐਸਚਨ ਹੈ ਵਾਟਸ ਯੂਅਰ ਵਿਊ ਔਨ ਕ੍ਰਿਪਟੋ ਮਾਈਨਿੰਗ ਸਟਾਕਸ ਜਿਵੇਂ ਕਿ ਮਾਰਾ ਹੋ ਗਿਆ ਤੇ ਹਟ ਤੇ ਭਾਜੀ ਉਹਦੇ ਨਾਲ ਨਾਲ কয়ਨ بیس ਤੇ ਕੀ ਇੰਪੈਕਟ ਹੋਣਾ ਇਹ ਜਿਹੜੇ ਪ੍ਰੋਬਲਮ ਕੀ ਆਈ ਹੈ ਇਹਨਾਂ ਦੇ ਜਿਹੜੇ ਮਾਈਨਿੰਗ ਸਟਾਕ ਦੇ ਵਿੱਚ ਜਿਹੜੀ ਹਾਵਿੰਗ ਦੀ ਨਿਊਜ਼ ਸੀਗੀ ਨਾ ਤੇ ਉਹਨੇ ਜ਼ਿਆਦਾ ਮਤਲਬ ਇਹਨਾਂ ਦੇ ਸਟਾਕਸ ਨੂੰ ਇੰਪੈਕਟ ਕੀਤਾ ਵੀ ਜਿਹੜੀ ਮਾਈਨਿੰਗ ਆ ਹੋਰ ਹਾਰਡ ਹੋ ਜਾਣੀ ਆ ਇਸ ਲਈ ਜਿਹੜੇ ਇਹ ਜਿਹੜੇ ਮਾਈਨਿੰਗ ਸਟਾਕ ਆ ਮੰਨਿਆ ਜਾ ਰਿਹਾ ਵੀ ਇਹਨਾਂ ਦੀ ਜਿਹੜੀ ਪ੍ਰੋਫਿਟੇਬਿਲਟੀ ਆ ਤੇ ਉਹ ਨਹੀਂ ਨਹੀਂ ਰਹੂਗੀ ਇਸ ਲਈ ਤੁਸੀਂ ਦੇਖੋਗੇ ਜਿਹੜੇ ਦੂਜੇ ਸਟਾਕ ਆ ਜਿਹੜੀ ਮਾਈਕਰੋ ਸਟ੍ਰੈਟਜੀਜ਼ ਹੋ ਗਈ ਜਿਹੜੀ ਡਾਇਰੈਕਟ ਇਸ কয়ਨ ਬੇ ਸੀ ਆਪਣੇ কয়ਨਸ ਬਾਇ ਕਰਦੀ ਆ ਬਿਟਕੁਆਇਨਸ ਤੇ ਕਾਇਨਬੇਸ ਆ ਜਿਹੜੀ ਐਕਚੇਂਜ ਹੈਗੀ ਆ ਉਹਨਾਂ ਦੇ ਸਟਾਕਸ ਜ਼ਿਆਦਾ ਚੱਲ ਰਹੇ ਨੇ ਅਗਰ ਇਸ ਟਾਈਮ ਆਪਾਂ ਚਾਰਟ ਦੀ ਗੱਲ ਕਰੀਏ ਸੋ ਹੱਟ ਜਿਹੜਾ ਹੈਗਾ ਇਸ ਟਾਈਮ ਕਾਫੀ ਲੋਇਸਟ ਪੁਆਇੰਟ ਤੇ ਦੁਬਾਰੇ ਆ ਗਿਆ ਸੋ ਇੱਥੇ ਮੈਨੂੰ ਲੱਗਦਾ ਜੇ ਆਹ ਲੈਵਲ ਟੁੱਟਦੇ ਹੈਗੇ ਨੇ 6 ਦੇ ਲੈਵਲ ਨੀਚੇ ਤਾਂ ਇਹ ਫਿਰ ਹੋਰ ਵੀ ਨੀਚੇ ਜਾ ਸਕਦਾ ਹੈ ਫਿਰ ਇਹ ਇਸ ਤੋਂ ਵੀ ਤਕਰੀਬਨ ਫਿਰ 4 ਡਾਲਰ ਦੇ ਆਸ-ਪਾਸ ਵੀ ਇਹ ਆ ਸਕਦਾ ਹੈ ਸੋ ਹੱਟ ਦੇ ਵਿੱਚ ਰਿਸਕ ਬਣਿਆ ਹੋਇਆ ਡਾਊਨ ਟ੍ਰੈਂਡ ਦੇ ਵਿੱਚ ਹੈਗਾ ਸਿਮਿਲਰਲੀ ਸਿਚੁਏਸ਼ਨ ਮਾਰਾ ਦੇ ਵਿੱਚ ਵੀ ਆ ਮਾਰਾ ਥੋੜਾ ਜਿਆ ਬੈਟਰ ਹੱਟ ਨਾਲੋਂ ਬਟ ਫਿਰ ਵੀ ਇਹ ਡਾਊਨ ਸਾਈਡ ਹੀ ਆ ਜਾ ਰਿਹਾ ਦੇਖਿਆ ਜਾਵੇ ਅਗਰ 16 ਦਾ ਲੈਵਲ ਹੈ ਐਕਚੁਅਲੀ ਦੇਖਿਆ ਜਾਵੇ 1550 ਦਾ ਲੈਵਲ ਅਗਰ ਤੋੜ ਦਿੰਦਾ ਤੇ ਦੁਬਾਰੇ ਫਿਰ ਇਹ 8-10 ਦੀ ਲੈਵਲ ਜਾ ਸਕਦਾ ਸੋ ਰਿਸਕ ਇਹਨਾਂ ਦੇ ਵਿੱਚ ਕਾਫੀ ਹੈਗਾ ਦੋਨਾਂ ਸਟਾਕ ਦੇ ਵਿੱਚ ਜੀ ਜਿਹੜੇ ਆਪਣੇ ਇਵਨ ਰਾਇਡ ਦੇ ਵਿੱਚ ਵੀ ਸੇਮ ਸੀਨ ਹੈਗਾ ਇਹ ਵੀ ਮਾਈਨਿੰਗ ਸਟਾਕ ਹੈਗਾ ਤੇ ਬਟ ਕਾਇਨ ਵੇਸ MSTR ਦੀ ਟੋਟਲੀ ਡਿਫਰੈਂਟ ਸਟੋਰੀ ਆ ਬਿਟਕੋਇਨ ਥੋੜਾ ਨੀਚੇ ਆਉਣ ਕਰਕੇ ਅੱਜ ਥੋੜੇ ਜਿਹੀ ਨੀਚੇ ਆਈ ਨਹੀਂ ਜੀ ਤੇ ਲੇਕਨ ਆਈ ਥਿੰਕ ਕਿ ਅਪਟਰੈਂਡਿੰਗ ਸਟਾਕ ਆ ਪੁਲ ਬੈਕ ਦੇ ਵਿੱਚ ਖਰੀਦਦਾਰੀ ਕੀਤੀ ਜਾ ਸਕਦੀ ਆ ਪਰ MSTR ਮੈਨੂੰ ਲੱਗਦਾ ਬਹੁਤ ਜ਼ਿਆਦਾ ਚੱਲ ਗਿਆ ਇਹਨੂੰ ਥੋੜਾ ਜਿਹਾ ਅਵਾਇਡ ਕਰਨਾ ਚਾਹੀਦਾ ਸੋ ਇਹ ਹੀ ਆ ਵੀ ਹਟ ਮਾਰਾ ਰਾਇਟ ਇਦਾਂ ਦੇ ਜਿਹੜੇ ਪਲੇਟਫਾਰਮ ਸਟਾਕਸ ਨੇ ਜਿਹੜੇ ਮਾਈਨਿੰਗ ਕਰਦੇ ਨੇ ਤੇ ਇਹਨਾਂ ਨੂੰ ਮੈਨੂੰ ਲੱਗਦਾ ਵਾਇਡ ਹੀ ਕਰਨਾ ਚਾਹੀਦਾ ਫॉर ਟਾਈਮਿੰਗ ਜੇ ਤੁਸੀਂ ਆਪਣਾ ਲਾਸ ਬੁੱਕ ਕਰਕੇ ਕੁਝ ਹੋਰ ਸਟਾਕ ਚ ਜਾਣਾ ਚਾਹੁੰਦਾ ਹਾਂ I think ਕੋਈ ਕੋਈ ਮਾੜੀ ਗੱਲ ਨਹੀਂ ਹੋਊਗੀ ਜੀ ਤਾਂ ਤੁਸੀਂ ਆ ਭਾਜੀ ਲਾਸ ਤੇ ਇਹ ਕਨਕਲੂਡ ਕਰਦੇ ਹੋ ਜੇ ਜਦੋਂ ਬਿਟਕੋਇਨ ਅਪ ਟ੍ਰੈਂਡ ਕਰ ਰਿਹਾ ਸੀਗਾ ਤਾਂ ਜੋ ਮਾਈਨਿੰਗ ਸਟਾਕ ਸੀਗੇ ਉਹ ਵਧੀਆ ਪਰਫਾਰਮ ਨਹੀਂ ਕੀਤੇ ਹਾਂਜੀ ਬਿਟਕੋਇਨ ਨੀਚੇ ਜਾਂਦਾ ਤਾਂ ਡੈਫੀਨੇਟਲੀ ਇਹਨਾਂ ਦੇ ਵਿੱਚ ਆਪਾਂ ਨੂੰ ਗਰਾਵਟ ਦੇ ਇਹ ਹੋਰ ਵੀ ਨੀਚੇ ਜਾ ਸਕਦੇ ਆ ਡੈਫੀਨੇਟਲੀ ਆ ਸੋ ਅ ਨੈਕਸਟ ਕੁਐਸਚਨ ਮੇਰਾ ਤੁਹਾਡੇ ਵਾਸਤੇ ਆ ਐਸ ਐਮ ਸੀ ਆਈ ਸੁਪਰ ਮਾਈਕਰੋ ਕੰਪਿਊਟਰ ਬਹੁਤ ਬੰਬ ਬਲਾਰਿਆ ਬਹੁਤ ਚਿਰ ਤੋਂ ਜੀ ਸੋ ਬਾਈ ਬਣਦਾ ਹੈ ਸਿਮਰਜੀਤ ਜੀ ਪੁੱਛ ਰਹੇ ਨੇ ਵੀ ਇਹਨੂੰ ਐਸ ਐਮ ਸੀ ਆਈ ਦੇ ਵਿੱਚ ਕੀ ਕਰਨਾ ਚਾਹੀਦਾ ਹੁਣ ਜੀ ਇਹਨੂੰ ਭਾਜੀ ਅਵੋਇਡ ਕਰਨਾ ਚਾਹੀਦਾ ਇਹ ਜਨਵਰੀ ਦੇ ਵਿੱਚ ਇਸ ਸਾਲ ਇਹ ਸਟਾਕ ਸੀਗਾ 308 ਦੇ ਉੱਪਰ ਤੇ ਰਾਈਟ ਨਾਉ ਉਹੀ 1100 ਦੇ ਲੈਵਲ ਦੇ ਉੱਪਰ ਟ੍ਰੇਡ ਕਰ ਰਿਹਾ ਵਿਚਾਰ ਗੁਣਾ ਹੀ ਆ 4 400% ਕੀ ਨੇ ਜੀ ਤਾਂ ਭਾਜੀ ਇਹ ਕਾਫੀ ਗੇਨ ਦੇਖ ਸਕਦੇ ਆਪਾਂ ਇੱਕ ਦੋ ਮੰਥ ਦੇ ਵਿੱਚ 4 ਗੁਣਾ ਤਾਂ ਜਿਨ੍ਹਾਂ ਨੇ ਤਾਂ ਭਾਜੀ ਇਹ ਪਹਿਲਾਂ ਤੋਂ ਬਾਈ ਕੀਤਾ ਹੋਇਆ ਉਹਨਾਂ ਨੂੰ ਥੋੜੀ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਆ ਤੇ ਜੋ ਭਾਜੀ ਨਵੇਂ ਇਨਵੈਸਟ ਕਰਨ ਲਈ ਦੇਖ ਰਹੇ ਨੇ ਐਸਆਈਸੀ ਆਈ ਦੇ ਵਿੱਚ ਉਹਨਾਂ ਨੂੰ ਇਹ ਅਵੋਇਡ ਕਰਨਾ ਚਾਹੀਦਾ ਤੁਸੀਂ ਇਹ ਨਹੀਂ ਕਹਿੰਦੇ ਵੀ ਹੁਣ ਇਸ ਪਿਛੇ ਭਜਣਾ ਚਾਹੀਦਾ ਹਨਾ ਜੀ ਤੇ ਹਾਂ ਕਾਫੀ ਫਰੌਥ ਲੱਗ ਰਹੀ ਆ ਫੰਡਾਮੈਂਟਲੀ ਵੀ ਹਲੇ ਇੰਪਰੂਵ ਹੋ ਰਿਹਾ ਪਰ ਉਹਨੇ ਇੰਪਰੂਵ ਨਹੀਂ ਹੋਏ ਜਿੰਨਾ ਸਟਾਕ ਚੱਲ ਚੁੱਕਿਆ ਹੈ ਹਣਾ ਸੋ ਇਹਦੇ ਚ ਵੱਡੀ ਗ੍ਰਾਵਿਟੀ ਵੀ ਆ ਸਕਦੀ ਹੈ ਰਿਸਕ ਜ਼ਿਆਦਾ ਆ ਪਰ ਜੇ ਤੁਸੀਂ ਮੈਨੂੰ ਲੱਗਦਾ ਪਹਿਲਾਂ ਤੋਂ ਲੈਏ ਨੇ ਥੋੜਾ ਬਹੁਤ ਪ੍ਰੋਫਿਟ ਬੁਕਿੰਗ ਦਾ ਵੀ ਦੇਖ ਸਕਦੇ ਹੋ ਤੁਸੀਂ ਇਹ ਕਹਿ ਰਹੇ ਹੋ ਸੋ ਜੀ ਇਹ ਐਸਐਮਸੀਆਈ ਸਾਡੇ ਲਈ ਮਤਲਬ ਥੋੜਾ ਜਿਹਾ ਓਵਰ ਵੈਲਿਊ ਸਟਾਕ ਹੈਗਾ ਤੇ ਲਾਸਟ ਕੁਐਸਚਨ ਦੇ ਵਿੱਚ ਮਨਦੀਪ ਜੀ ਪੁੱਛ ਰਹੇ ਨੇ ਵਟ ਸ਼ੁਡ ਬੀ ਦਾ ਲੌਂਗ ਟਰਮ ਟਾਰਗੇਟ ਫਾਰ ਡਿਜ਼ਨੀ 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 ਐਕਚੁਅਲੀ ਕਾਫੀ ਥੱਲੇ ਚੱਕ ਚਲ ਚੁੱਕਿਆ ਹੈਗਾ ਮੈਨੂੰ ਫੰਡਾਮੈਂਟਲ ਵਿੱਚ ਚੈੱਕ ਕਰਾਂ ਇਹਦੇ ਫੰਡਾਮੈਂਟਲੀ ਥੋੜੇ ਇੰਪਰੂਵ ਵੀ ਹੋਏ ਨੇ ਕੰਪਨੀ ਪਹਿਲਾਂ ਨਾਲੋਂ ਹਾਲਾਂਕਿ ਥੋੜਾ ਜਿਹਾ ਜਿਹੜੀ ਵੈਲਿਊਏਸ਼ਨ ਆ ਇਹਦੀ ਮਹਿੰਗੂ ਲੱਗ ਰਹੀ ਹੈ ਇਸ ਟਾਈਮ ਪਰ ਕੁਆਟਰ ਔਨ ਕੁਆਟਰ ਜਿਹੜੇ ਰਿਜ਼ਲਟ ਆ ਰਹੇ ਨੇ ਤੇ ਕਾਫੀ ਇੰਪਰੂਵਮੈਂਟ ਦੇਖੀ ਜਾ ਰਹੀ ਖਾਸ ਕਰ ਰੈਵਨਿਊ ਦੇ ਵਿੱਚ ਰੈਵਨਿਊ ਇਨਕਰੀਜ਼ ਹੋ ਰਿਹਾ ਅਰਨਿੰਗ ਇਨਕਰੀਜ਼ ਹੋ ਰਹੀਆਂ ਕੈਸ਼ ਫਲੋ ਵੀ ਸਟੇਬਲ ਹੈਗਾ ਸੋ ਥੋੜਾ ਜਿਹਾ ਫੇਅਰ ਵੈਲਿਊ ਤੋਂ ਉੱਪਰ ਚਲੇ ਗਿਆ ਸਟਾਕ 69 ਦੀ ਪੀ ਰੇਸ਼ੋ ਹੈਗੀ ਇਸ ਟਾਈਮ ਸੋ ਇਹ ਥੋੜਾ ਜਿਹਾ ਫੰਡਾਮੈਂਟਲੀ ਵੀ ਲੱਗਦਾ ਕੰਸਰਨ ਵਾਲੀ ਗੱਲ ਹੈ ਬਾਕੀ ਬਹੁਤ ਵੱਡੀ ਕੰਪਨੀ ਪਤਾ 200 ਬਿਲੀਅਨ ਦੀ ਕੰਪਨੀ ਹੈ ਜੀ ਤੋ ਟੈਕਨੀਕਲੀ ਤੁਸੀਂ ਦੱਸੋ ਕਿੱਧਰ ਨੂੰ ਜਾ ਸਕਦਾ ਸਟਾਕ ਟੈਕਨੀਕਲੀ ਬਜੇ ਦੇ ਮੈਂ ਲੈਵਲ ਚੈੱਕ ਕਰਦਾ ਰਾਈਟ ਨਾਉ ਤੋ ਟੈਕਨੀਕਲੀ ਹੈ ਨਾ ਅਪ ਟ੍ਰੈਂਡਿੰਗ ਹੈ ਇਹ ਆ ਕਾਫੀ ਤੇਰਾ ਭਾਈ ਆਪਾਂ ਟਾਰਗੇਟ ਫਰਸਟ ਟਾਰਗੇਟ ਦੇਖਦੇ ਆਂ ਤੇ ਰਾਈਟ ਨਾਉ ਹੀ ਟ੍ਰੇਡ ਕਰ ਰਿਹਾ 1 12 ਦੇ ਉੱਪਰ ਹਮ ਤੇਰਾ ਭਾਈ ਆਪਾਂ ਫਰਸਟ ਟਾਰਗੇਟ ਨੀ राइट right. सो so, ए आ, 130 ਵਾਲੀ ਰੇਂਜ ਇਨ ਤੁਹਾਨੂੰ ਜਾਂਦਾ ਨਜ਼ਰ ਆ ਰਿਹਾ ਸੋ ਇਥੋਂ ਵੀ ਉੱਪਰ ਜਾ ਸਕਦਾ ਸਟਾਕ ਬਟ ਰਿਸਿਸਟੈਂਸ ਤੇ ਆਸ-ਪਾਸ ਖੜਾ ਹੈ ਇਹ 130 ਉਥਰ ਰਿਸਿਸਟੈਂਸ ਤੋਂ ਐਕਚੁਅਲੀ ਰਿਜੈਕਟ ਹੋ ਰਿਹਾ ਹੈ ਇਸ ਟਾਈਮ ਪ੍ਰਾਈਸ ਸੋ ਇੱਥੇ ਕਨਸੋਲिडेट ਹੋ ਗਿਆ ਅਗਰ ਬ੍ਰੇਕਆਊਟ ਹੁੰਦਾ ਹੈ ਤਾਂ ਫਿਰ ਅੱਗੇ 120 ਪਹਿਲਾ ਟਾਰਗੇਟ 130 ਇਹ ਤੱਕ ਇਹ 126 ਤੱਕ ਆਰਾਮ ਨਾਲ ਜਾ ਸਕਦਾ ਹੈ ਨਾ ਸੋ ਬਟ ਲੌਂਗ ਟਰਮ ਵਾਸਤੇ ਵੀ ਵਧੀਆ ਥੋੜਾ ਟਾਈਮ ਲੱਗੂਗਾ ਜੀ ਰਿਕਵਰੀ ਹੋ ਰਹੀ ਹੈ ਤੇ ਆਉਣ ਵਾਲੇ ਟਾਈਮ 'ਚ ਮੇਰਾ ਟਾਰਗੇਟ ਹੈ 150 ਤੇ ਇਕ ਸੋ 60 ਵਾਲੀ ਰੇਂਜ ਦਾ ਟਾਰਗੇਟ ਹੈਗਾ ਜੀ ਤਿੰਨ ਸਾਲ ਦੇ ਪੁਆਇੰਟ ਆਫ 뷰 ਨਾਲ ਅਗਰ ਮਾਰਕੀਟ ਵਧੀਆ ਰਹਿੰਦੀ ਹੈ ਤਾਂ ਸੋ ਇਹ ਹੀ ਸੀ ਅੱਜ ਦੀ ਗੱਲਬਾਤ ਹਨਾ ਬਾਕੀ ਤੁਸੀਂ ਯਾਰ ਕੁਐਸਚਨਸ ਆਪਣੇ ਜਰੂਰ ਪੁੱਛਿਆ ਕਰੋ ਥੱਲੇ ਕਮੈਂਟ ਦੇ ਤਾਂ ਕਿ ਅਸੀਂ ਤੁਹਾਡਾ ਕੁਐਸਚਨ ਤੇ ਉੱਪਰ ਵੀਡੀਓ ਬਣਾ ਸਕੀਏ ਨੈਕਸਟ ਐਪੀਸੋਡ ਦੇ ਵਿੱਚ ਸੋ ਅੱਜ ਲਈ ਫਿਰ ਐਨਾ ਥੈਂਕ ਯੂ so much you thank you gini thank you ba